ਰਹਿਮਾਨ ਰਹੀਮ ਅਸਲਾਮਾ ਅਲੈਕੁਮ। ਵੇਖ ਰਹੇ ਹੋ ਤੁਸੀਂ ਆਪਣਾ ਕਰਨਾਣਾ ਚੈਨਲ ਅਤੇ ਮੈਂ ਤੁਹਾਡਾ ਮੇਜ਼ਬਾਨ ਹਾਜੀ ਇਰਫਾਦ। ਭਰਾਵਾਂ ਵਾਸਤੇ ਰੋਜ਼ਾਨਾ ਦੀ ਨਵੀਂ ਦੀ ਨਵੀਂ ਵੀਡੀਓ ਲੈ ਕੇ ਆਵੀਦਾ। ਇਨਸ਼ਾਅੱਲਾ ਉਮੀਦ ਕਰਨਾ ਕਿ ਵੀਡੀਓ ਤੁਹਾਡੇ ਪਸੰਦ ਵੀ ਆਵੇਦੀ, ਤੁਸੀਂ ਲਾਈਕ ਵੀ ਕਰੋ ਦੇ, ਤੁਸੀਂ ਸ਼ੇਅਰ ਵੀ ਕਰੋ ਦੇ। ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਅਤੇ ਬੈੱਲ ਆਈਕਾਨ ਦਾ ਬਟਨ ਜ਼ਰੂਰ ਦਬਾਉਣਾ ਤਾਂ ਕਿ ਸਾਡੀ ਆਰਾਮ ਵਾਲੀ ਵੀਡੀਓ ਜਿਹੜੀ ਹੈ ਇਹ ਤੁਹਾਡੇ ਤੱਕ ਬਆਸਾਨੀ ਪਹੁੰਚ ਸਕੇ। ਵੀਡੀਓ ਇਸ ਤਰ੍ਹਾਂ ਜਿਹੜੀ ਬਣਾਉਣ ਲੱਗਾ, ਵੀਡੀਓ ਨਵੀਂ ਹੈ, ਪਹਿਲੀ ਵਾਰੀ ਵੀਡੀਓ ਹੈ ਉਹਨਾਂ ਦੀ ਅਤੇ ਲੇਕਿਨ ਡੰਗਰ ਵੇਖ ਕੇ, ਡੇਰਾ ਉਹਨਾਂ ਦਾ ਵੇਖ ਕੇ ਅਤੇ ਕੰਮ ਉਹਨਾਂ ਦਾ ਪੁਰਾਣਾ, ਲੇਕਿਨ ਉਹ ਮੈਂ ਵੀਡੀਓ ਵਿੱਚ ਹੀ ਤੁਹਾਡੇ ਸਾਹਮਣੇ ਸਾਰਿਆਂ ਭਰਾਵਾਂ ਦੇ ਪੁੱਛ ਲੈਣਾ ਕਦੋਂ ਦਾ ਇਸ ਕੰਮ ਸ਼ੁਰੂ ਕੀਤੇ ਆ ਜੇ ਅਤੇ ਕਿਤਨੇ ਅਰਸੇ ਦੀ ਕਰਦੇ ਹੋ ਪੇ, ਠੀਕ ਹੈ, ਅਤੇ ਜਾਂ ਹੁਣ ਨਵਾਂ ਸ਼ੁਰੂ ਕੀਤਾ ਜੇ ਕੀ ਹਿਸਾਬ ਕਿਤਾਬ ਹੈ ਤੁਹਾਡਾ। ਮੱਝਾਂ ਵੀ ਉਹਨਾਂ ਕੋਲ ਹੈ ਨੇ, ਗਵਾਲ ਵੀ ਨੇ ਅਤੇ ਛੋਕੀਆਂ ਵੀ, ਗਾਵਾਂ ਵੀ ਹੈ ਨੇ ਅਤੇ ਬਾਕੀ ਜਿਹੜਾ ਜਿਹੜਾ ਜਾਨਵਰ ਅੱਗੇ ਆਵੇਦਾ। ਪਹਿਲੀ ਵੀਡੀਓ ਹੈ, ਉਹਨਾਂ ਨੂੰ ਮੇਰੇ ਨਾਲ ਅੰਡਰਸਟੈਂਡਿੰਗ ਨਹੀਂ ਆਇਆ, ਲੇਕਿਨ ਉਹਨਾਂ ਵੀਡੀਓ ਵੇਖ ਵੇਖ ਕੇ ਉਹਨਾਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਜਿਹੜਾ ਰੂਲ ਇਹਨਾਂ ਦਾ ਚੱਲਦਾ ਪਿਆ, ਠੀਕ ਹੈ ਜਨਾਬ। ਅਤੇ ਡਰੈਸ ਮੈਂ ਜਨਾਬ ਜ਼ਿਲ੍ਹਾ ਤਹਿਸੀਲ ਜਿਹੜਾ ਕੁਝ ਨਾਲ ਕੰਗਣੀਆਂ ਵਾਲਾ ਚੌਂਕ ਅੱਗੇ ਮੈਂ ਵੀਡੀਓ ਦੋ ਬਣਾ ਕੇ ਗਈਆਂ ਰਾਣੇ ਦੀਆਂ, ਆਪਣਾ ਰਾਣਾ ਉਮਰ ਉਹਦੀਆਂ ਵੀਡੀਓ ਬਣਾਈਆਂ ਨੇ, ਲੇਕਿਨ ਦੂਸਰੀ ਵਾਰ ਵੀਡੀਓ ਜਿਹੜੀ ਉਹ ਤਕਰੀਬਨ ਸ਼ਹਿਰ ਦੇ ਵਿੱਚ ਮੈਨੂੰ ਲੱਭੀ ਹੈ ਉਹ ਇਹਨਾਂ ਦੀ ਹੈ। ਬਾਕੀ ਕੁਝ ਨਾਲ ਡਿਸਟ੍ਰਿਕਟ ਦੀਆਂ ਅਤੇ ਕਾਫੀ ਵੀਡੀਓ ਤੁਸੀਂ ਵੇਖੀਆਂ ਨੇ ਉਹਦੀਆਂ, ਆਪਣਾ ਸ਼ਰਾਫਤ ਦੀਆਂ ਵੇਖੀਆਂ ਨੇ, ਇੱਕ ਵੀਡੀਓ ਆਪਣੇ ਇੱਥੇ ਪਿੰਡੀ ਬਾਈਪਾਸ 'ਤੇ ਮੈਂ ਬਣਾ ਕੇ ਗਿਆ ਉਹ ਵੀ ਵੇਖੀ, ਉਹਨਾਂ ਦੇ ਨਾਂ ਦਾ ਨਹੀਂ ਮੈਨੂੰ ਯਾਦ ਰਿਹਾ, ਪਿੰਡੀ ਬਾਈਪਾਸ 'ਤੇ ਜਿਹੜੀ ਬਣਾਈ ਹੈ। ਬਾਕੀ ਬਹਰਹਾਲ ਜੀ ਉਹ ਮੈਂ ਲੰਮੀ ਗੱਲ ਨਹੀਂ ਕਰਦਾ, ਮੁਖਤਸਰ ਜੀ ਸਮੇਟ ਕੇ ਵੀਡੀਓ ਪਹਿਲੀ ਮੈਂ ਉਹਨਾਂ ਕੋਲ ਪੁੱਛ ਲੈਂਦਾ, ਭਾਈ ਨਵੀਦ ਸਾਹਿਬ ਨੇ ਇਹ ਪੁੱਛ ਲੈਣਾ, ਰਾਣੇ ਨੇ ਜਾਂ ਕੌਣ ਨੇ, ਗੁੱਜਰ ਨੇ, ਕਿਹੜੀ ਗੱਲ ਹੈ, ਉਹ ਉਹਨਾਂ ਦੇ ਜ਼ਬਾਨੀ ਪੁੱਛ ਲੈਂਦੇ ਹਾਂ, ਪੁੱਛ ਲੈਂਦੇ ਹਾਂ ਉਹਨਾਂ ਕੋਲ ਸਾਰੀ ਗੱਲਬਾਤ ਕੀ, ਕਿਸ ਤਰ੍ਹਾਂ ਦੇ ਡੰਗਰ ਨੇ ਸਾਰਾ ਜੀ। ਅਸਲਾਮ ਅਲੈਕਮ ਜੀ ਭਾਈਜਾਨ, ਕੀ ਹਾਲ ਹੈ? ਅੱਛਾ, ਬੱਲੜ ਹੋ ਜਾਂ ਰਾਣਾ ਹੋ ਜਾਂ ਗੁੱਜਰ ਹੋ ਜਾਂ ਤਾਰੜ ਹੋ, ਸੰਧੂ ਜੱਟ ਜੀ, ਸੰਧੂ ਜੱਟ। ਅੱਛਾ ਸੰਧੂ ਜੱਟ ਸਾਹਿਬ, ਗੱਲ ਹੈ ਆਪਣਾ ਭਾਈ ਨਵੀਦ ਕਿ ਕਿੰਨੇ ਜਾਨਵਰ ਤੁਸੀਂ ਵੀਡੀਓ 'ਚ ਲਾ ਰਹੇ ਹੋ ਅੱਜ? ਵੀਡੀਓ 'ਚ 8-9 ਲਾ ਰਹੇ ਹਾਂ। 8-9 ਜੀ, ਤੇ ਇਹ ਕਦੋਂ ਦਾ ਤੁਹਾਡਾ ਇਹ ਕੰਮ ਹੈ ਜਿਹੜਾ? ਕੰਮ ਸਾਡਾ ਪੁਰਾਣਾ ਜੀ, 7-8 ਸਾਲ ਤੋਂ ਪੁਰਾਣਾ। 7-8 ਸਾਲ ਦੀ, ਤੁਸੀਂ ਕਰਦੇ ਰਹੇ ਹੋ ਬਜ਼ੁਰਗ? ਨਹੀਂ, ਮੈਂ ਹੀ ਕਰਦਾ ਰਿਹਾ। ਤੁਸੀਂ ਕਰਦੇ ਹੋ? ਇਹ ਜਿਤਨੇ ਭਰਾ ਨੇ ਸਾਰੇ ਭਾਈ ਨੇ ਜਾਂ? ਇੱਕ ਭਾਈ ਹੈ ਤੇ ਦੋ ਬੇਟੇ ਨੇ। ਦੋ ਬੇਟੇ ਨੇ, ਤੇ ਆਪੂ ਹੀ ਸਾਂਭਦੇ ਹੋ ਵੀ ਮਾਲ? ਹਾਂ ਜੀ, ਆਪ ਹੀ ਮਾਲ ਦਿੰਦਾ, ਆਪਣਾ ਆਪ ਹੀ ਸਾਂਭ। ਦੁੱਧ ਦਾ ਕੰਮ? ਹਾਂ ਜੀ, ਦੁੱਧ ਵੀ ਨਾਲ ਵੇਚੀਦਾ ਜੀ, ਗਵਾਲ ਦਾ ਵੀ ਨਾਲ ਦੇ ਨਾਲ, ਵਪਾਰ ਦਾ ਵੀ, ਸਾਰੇ ਕੰਮ, ਸਾਰਾ ਕੰਮ ਕਰਦੇ ਹੋ। ਤੇ ਇਹ ਕਿਸ ਤਰ੍ਹਾਂ ਮੇਰੇ ਤੱਕ ਪਹੁੰਚੇ ਹੋ? ਬਸ ਤੁਹਾਡੀ ਵੀਡੀਓ ਵੇਖਦੇ ਜੀ ਸਰ। ਵੀਡੀਓ ਜੀ? ਹਾਂ ਜੀ। ਤੇ ਵੀਡੀਓ ਵੇਖ ਕੇ ਤੇ ਫਿਰ ਕਾਫੀ ਦੇਰ ਨਹੀਂ ਜੇ ਵੇਟ ਕੀਤਾ? ਦੇਖੋ ਮਹੀਨਾ ਦੇ ਵੇਟ ਤੋਂ ਸਹੀ ਕਰਾ ਜਿਹੜਾ ਤੁਹਾਨੂੰ ਪਤਾ ਜੀ ਕਿ ਮਹੀਨਾ ਕਿਉਂ ਕਰਾਇਆ ਉਹ ਮੈਂ ਤੁਹਾਡੇ ਭਰਾਵਾਂ ਦੇ ਸਾਹਮਣੇ ਤੁਹਾਨੂੰ ਦੱਸਣਾ ਪਿਆ। ਵੀਡੀਓ ਬਣਾਉਣੀ ਹੈ ਨਾ, ਮੈਂ ਇਨਸ਼ਾਅੱਲਾ ਬਣਾਉਣਾ ਪਿਆ, ਰਿਜ਼ਲਟ ਤੁਹਾਨੂੰ ਲੱਭੇਦਾ। ਵੀਡੀਓ ਇੱਕ ਐਨੀਮਲ ਚੈਨਲ ਮੈਂ ਬਣਾਇਆ, ਸੁਣਿਆ ਹੋਵੇਗਾ, ਉਹਦੇ ਤੇ ਵੀਡੀਓ ਲਾਉਣੀ ਹੋਵੇ ਨਾ ਤੇ ਅੱਜ ਹੀ ਚੱਲੇ ਦੀ, ਜਿਹੜੀਆਂ ਨੇ ਨਾ ਆਪਣਾ ਤਈਬ ਇੱਕ ਸ਼ਾਮ ਤੇ ਮੁਦੱਸਰ ਤੇ ਭਾਈ ਬੂਟਾ ਏ ਤੇ ਉਧਰੋਂ ਆਪਣਾ ਜਮੀਲ ਏ, ਇਹਨਾਂ ਦਾ ਤੁਹਾਡੇ ਸਾਹਮਣੇ ਕਿ ਰਿਜ਼ਲਟ ਇਹਨਾਂ ਦਾ ਤੁਹਾਡੇ ਸਾਹਮਣੇ, ਕਿਉਂਕਿ ਇਹਨਾਂ ਦਾ ਹਫ਼ਤੇ ਵਿੱਚ ਦਿਨ ਖਾਲੀ ਆਈ ਕੋਈ, ਇਸ ਗੱਲੇ ਮੈਂ ਲਚਕ ਲੈਂਦਾ ਰਿਹਾ, ਮੈਂ ਖੁਸ਼ ਹੋ ਕੇ ਵਹਿਣਾ ਵੀ ਇਹਨਾਂ ਬੰਦਿਆਂ ਦੀ ਜੀ। ਬਸ ਮਿਹਰਬਾਨੀ ਤੁਹਾਡੀ, ਤੁਸੀਂ ਜਨਾਬ ਜੇਕਰ ਉਸ ਵੀਡੀਓ ਤੇ ਉਸ ਤੇ ਲਾਣੀ ਹੋਵੇ ਉਹਦੇ ਤੇ ਲਾ ਕੇ ਇੱਕ ਵਾਰੀ ਵੇਖ ਲਓ ਰਿਜ਼ਲਟ ਆਇਆ ਤੇ ਤਾਂ ਠੀਕ ਹੈ, ਨਾ ਆਇਆ ਤੇ ਜਨਾਬ ਵੱਡੇ ਚੈਨਲ ਤੇ ਲਾ ਲਾਂਗੇ, ਇਹ ਤੁਹਾਡੀ। ਜਿਹੜਾ ਨੰਬਰ ਵਟਸਐਪ ਇਮੋ ਵਾਲਾ ਨਾ, ਉਹ ਮੈਨੂੰ ਲਿਖ ਕੇ ਦੇਣਾ ਜੀ, ਉਹ ਤੁਹਾਡਾ ਸਕਰੀਨ ਤੇ ਨੰਬਰ ਉਹ ਲਾਵਾਂ ਜੀ, ਠੀਕ ਹੈ। ਦੋ ਇੱਕ ਨੰਬਰ ਪੱਕਾ ਮੇਰੇ ਕੋਲ ਚੱਲਦਾ ਨਾ, ਜਿਹੜਾ 0-344 ਵਾਲਾ ਜੀ, ਉਹ ਤੇ 0-313 ਦੇ ਨੰਬਰ ਹੈ ਜੀ, ਨੰਬਰ ਹੈ ਜੀ, ਨੰਬਰ ਹੈ। ਚਲੋ ਉਹ ਬੋਲ ਦਿਓ ਵਿੱਚ, 0-344-63-573-541, ਠੀਕ ਹੈ, 0-313-63-573-541, ਦੋਵੇਂ ਨੰਬਰ ਚੱਲਦੇ, ਦੋਵੇਂ ਨੰਬਰ ਚੱਲਦੇ, ਦੋਵੇਂ ਲਾ ਦਿਆ ਦੇ, ਫਿਰ ਖੁਸ਼ ਹੋ ਭਾਈ, ਖੁਸ਼ ਹੋ। ਮਾਜ ਨੰਬਰ ਹੀ ਲਓ ਜੀ, ਕਿਹੜੀ ਪਾਣੀ ਜੀ ਮਾਜ? ਹਾਂ ਜੀ ਭਾਈ ਨਵੀਦ ਸਾਹਿਬ, ਜੱਟ ਸਾਹਿਬ, ਠੀਕ ਹੈ, ਜੱਟ ਸਾਹਿਬ ਕਹੋ, ਕਿਉਂਕਿ ਆਪਣੇ ਜੱਟ ਸਾਹਿਬ ਮਾਝ ਜਿਹੜੀ ਆ ਬਹਾਨੇ ਆ ਪਏ ਭਾਈ ਸਾਹਿਬ। ਦੂਜੇ ਸੂਬੇ ਮੈਂ ਜੇ ਜੀ ਇੱਕ ਥਾਂ ਜਾਣ ਛੱਡ ਕੇ 15 ਕਿਲੋ ਮੈਂ ਕੋ ਦੁੱਧ ਜੇ ਜੀ, ਹਾਂ ਜੀ, ਚੋਣ ਚਾਣ ਸਾਹਿਬ ਜੇ, ਠੀਕ ਹੈ, ਬੱਚਾ ਰਾਮ ਮਗਰ ਆਪਣੀ ਚੋਗ, ਬੱਚਾ ਕੇ ਸੁ ਮਗਰ ਕੱਟੀ ਸੁ ਕੱਟਾ, ਕੱਟੀ ਜੇ ਕੱਟੀ, ਹਾਂ ਜੀ, ਉਹ ਸਹੀ ਨਾ ਕੋ ਬੱਚਿਆਂ ਕੋਲ ਪੁੱਛ ਲੈਣਾ ਵਾ, ਕੱਟੀ ਜਾਂ ਕੱਟਾ, ਬੰਦੇ ਨੇ ਵੀਡੀਓ ਵੇਖ ਕੇ ਨਾ, ਹੋ ਗਈ ਮਗਰ ਉਹ ਹੀ ਕੱਟੀ, ਉਹ ਠੀਕ ਹੋ ਗਿਆ।
ਕਦੋਂ ਦੀ ਸੂਈ ਮੈਲ ਸੱਟ ਗਈ? ਇਹ ਸੂਈ ਨੂੰ 25 ਦਿਨ ਹੋ ਗਏ ਸਾਫ ਬਿਲਕੁਲ, ਮੈਂ ਆਪਣੇ ਦੁੱਧ ਤੇ ਲੱਗੀ ਜਾਂਦੀ ਮੈਂ। ਕਿੰਨਾ ਕੁ ਦੁੱਧ ਹੁਣ? ਹਾਂਜੀ ਆਪਦੇ ਇਸ ਟਾਈਮ ਬਿਲਕੁਲ ਆਪਣਾ ਮਿਣ ਕੇ ਕੋਈ ਤਸੱਲੀ ਕੋਈ ਭਰਾ ਤਸੱਲੀ ਕਰੇ ਬਿਲਕੁਲ ਵੀਰ ਤਸੱਲੀ ਥਣਾ ਦੀ ਕੋਈ ਮੈਲ ਬੰਨ ਕਿਸੇ ਕਿਸਮ ਦਾ ਵਾਲ ਪਰ ਹੋਵੇ ਤੇ ਸਾਡੀ ਨਹੀਂ ਹੈ ਗਲਤ, ਮੈਂ ਚੜ੍ਹਦੀ ਨਹੀਂ ਵੀਡੀਓ ਦੇ। ਠੀਕ ਹੋ ਗਿਆ, ਮੈਂ ਸੁਣ ਮਾ ਇਹਦੀ ਕੇ ਆਪਣਾ ਡਿਮਾਂਡ ਕੇ ਕਰਦੇ ਹੋ? ਡਿਮਾਂਡ ਅਸੀਂ ਤੇ ਜ਼ਿਆਦਾ ਕਰਨੇ ਆ ਜੀ, ਪਹਿਲਾਂ ਟਾਈਮ 2.5 ਲੱਖ ਦੀ ਮੈਲ 2.5 ਲੱਖ ਦੀ ਪੱਕੀ ਪੱਕੀ। ਠੀਕ ਹੋ ਗਿਆ, ਮਾ ਲਿਆਓ ਜੀ ਮਾ ਨੰਬਰ 2 ਸੂਆ ਕਿਤਮਾ ਦੱਸਿਆ ਜੀ? ਦੂਜਾ ਦੂਜਾ ਪੱਕਾ ਦੂਜਾ ਦੂਜਾ ਪੱਕਣ ਤੋਂ ਜੀ। ਠੀਕ ਹੋ ਗਿਆ, ਮਗਰ ਕੱਟੀ ਸੂ? ਹਾਂਜੀ। ਮਾ ਨੰਬਰ 2 ਲਿਆਓ ਜੀ, ਇਹ ਸੂਣ ਵਾਲੀ ਜਿੰਨਾ ਕਿਤਮੇ ਸੂਏ ਮਾ ਸੁਣਦੀ ਹੈ? ਇਹ ਤੀਸਰੇ ਸੂਏ ਹੈ ਸਰ, ਤੀਸਰੇ ਸੂਏ ਸੂਣਾ ਸੂ। ਹਾਂਜੀ ਠੀਕ ਹੈ। ਇਹ ਕਿੰਨੇ ਕੁ ਦਿਹਾੜੇ ਕੱਢਦੀ ਬੀਮਾਰੀ? ਦਿਹਾੜੇ ਕੋ 4-5 ਜਾਏਗੀ। 4-5? ਹਾਂਜੀ ਤਿਆਰ ਹੋ ਜੀ ਇਨਸ਼ਾਅੱਲਾ। ਤਿਆਰ ਹੋਆ ਜੀ। ਹਾਂਜੀ ਤੇ ਆਪਣਾ ਇਹਦੀ ਕੀ ਡਿਮਾਂਡ ਹੈ ਆਪਣਾ ਜੱਟ ਸਾਹਿਬ? ਇਹ ਰਿਹਾਈ ਸਾਹਿਬ ਦੇ ਦੇਵਾਂਗੇ 1,95,000। 1,95,000 ਦੀ? ਹਾਂਜੀ ਨੇੜੇ ਨੇੜੇ ਆਓ, ਬਾਅਦ ਤੁਹਾਡੀ ਕੈਚ ਹੋਵੇ। ਅੱਛਾ ਜੀ, ਇਹ ਮਾਜ ਤੁਸੀਂ ਦੇਣੀ ਹੈ 1,95,000 ਦੀ ਮਾਜ ਨੰਬਰ 2। ਹਾਂਜੀ ਇਹ ਡਿਮਾਂਡ ਹੈ ਤੁਹਾਡੀ, ਮਾਜ ਪੂਰੀ ਵਹਾ ਛੜੋ। ਹਾਂ ਮੈਂ ਪੂਰੀ ਗੱਲਾਂ ਤੇ ਪੱਕੀਆਂ ਨੇ ਸਾਹਿਬ, ਵੇਖੋ ਵੀਡੀਓ ਤੇ ਚੜ੍ਹਨੀਆਂ, ਜਿਹੜੀ ਗੱਲ ਪੱਕੀ ਹੋਵੇ ਉਹਦਾ ਹੀ ਮਜ਼ਾ। ਭੈਣ ਭਰਾ ਇਹ ਵੀ ਹੁਣ ਲੰਗਰ ਵੀ ਪਸੰਦ ਆਏ, ਮੁੱਲ ਵੀ ਪਸੰਦ। ਠੀਕ ਹੋ ਗਿਆ। ਤੇ ਆਪਣਾ ਐਡਰੈਸ, ਪਿੰਡ ਦਾ ਨਾਮ ਨਹੀਂ ਬੋਲਿਆ? ਪਿੰਡ ਆਪਣਾ ਸੈਂਸਰਾ ਘਰਾਇਆ ਜੇ, ਤਹਿਸੀਲ ਜ਼ਿਲ੍ਹਾ ਗੁਜਰਾਂਵਾਲਾ ਜੇ। ਉਹ ਤਹਿਸੀਲ ਦੋਵੇਂ ਬੋਲ, ਤਹਿਸੀਲ ਜ਼ਿਲ੍ਹਾ ਬੋਲ ਛੜਿਆ। ਚੰਦੇ ਕਿਲੇ ਦੀ ਬੈਕ ਸਾਈਡ ਤੇ, ਚੰਦੇ ਕਿਲੇ ਦੀ ਬੈਕ ਸਾਈਡ ਤੇ ਪਿੰਡ ਦੱਸਿਓ? ਸੈਂਸਰਾ ਘਰਾਇਆ। ਸੈਂਸਰਾ ਘਰਾਇਆ, ਹਾਂਜੀ ਇਹ ਹੀ ਹੈ ਪਿੰਡ। ਹਾਂਜੀ ਜਨਾਬ, ਐਡਰੈਸ ਬੋਲਣਾ ਚਾਹੀਦਾ। ਨੰਬਰ 3 ਤੇ ਮਾਜ ਆ ਗਈ ਜਨਾਬ, ਬੋਲੀ। ਠੀਕ ਹੈ, ਦਾਤਰ ਸਿੰਘ ਜੀ ਬੋਲੀ। ਇਹ ਝੋਟੀ ਜੇ ਪਹਿਲਣ ਜਾਈ ਸਾਹਿਬ? ਪਹਿਲਣ। ਹਾਂਜੀ ਸੂਈ ਹੈ? ਸੂਈ ਜੇ। ਬੱਚਾ ਕਿਸ ਮਗਰ? ਬੱਚਾ ਕਿਹੜਾ ਜੇ? ਮਹਿਲ ਸੱਟ ਗਈ? ਸਾਫ ਸੁਥਰੀ ਮਹਿਲ ਤੋਂ ਸਾਫ। ਅੱਛਾ ਮਹਿਲ ਸੱਟ ਗਈ। ਅੱਛਾ ਇਹਦਾ ਕੀ ਹਿਸਾਬ ਕਿਤਾਬ ਜੀ ਆਪਣਾ? ਇਹ ਭਾਈ ਸਾਹਿਬ ਦੁੱਧ ਸਾਰਾ 11 ਕਿਲੋ ਜੇ, ਤੇ ਮੁੱਲ ਜਰਾ 1,65,000। 1,65,000? ਹਾਂਜੀ ਇਸ ਮਾਜ ਦਾ। ਹਾਂਜੀ ਠੀਕ ਹੋ ਗਿਆ, 1,65,000 ਰੁਪਈਆ। ਮਾਜ ਨੰਬਰ ਲਿਆਓ ਜੀ 4। ਹਾਂਜੀ ਅੱਛਾ, ਵੀਡੀਓ ਸੁਣ ਕੇ ਮੇਰੀਆਂ। ਹਾਂਜੀ ਹਾਂਜੀ ਵਾਹ ਜੱਟਾ। ਅੱਛਾ ਵੀਡੀਓ ਸੁਣ ਕੇ ਜੱਟ ਸਾਹਿਬ, ਤੇ ਮਨੁਸਰਾ ਖਿਲਾਫ ਚੰਗਾ ਲੱਗਦਾ ਸਾਡੇ ਦੀ ਗੱਲ? ਖਿਲਾਫ ਬੰਦੇ ਵੀਡੀਓ ਵਾਲੇ ਬੜੇ ਦੇ ਨੇ, ਮਨੁਸਰਾ ਤੁਹਾਡਾ ਖਿਲਾਫ ਤੇ ਡੇਲੀ ਮੈਂ ਦਿੰਦਾ ਹੀ ਸਿਰਫ ਤੁਹਾਡੀ। ਅੱਛਾ ਮੇਰਾ ਗੱਲਾਂ ਸੁਣ ਕੇ ਅੱਜ ਪਛੜੀ ਪਾਈ ਜੇ ਮਾਨਦਾਰੀ ਨਾਲ? ਮਾਨ ਨਾ ਹੋਇਆ, ਤੁਸੀਂ ਜਿਹੜੀ ਵੀਡੀਓ ਜਾਂਦੇ ਨਾ ਪਛੜੀ ਮੈਂ ਮੰਗਦੇ ਹੋ, ਕੱਲ ਮੈਂ ਸ਼ੌਕ ਨਾਲ ਮੈਂ ਲਿਆਂਦੀ ਮਗਰ ਇਹਦੇ ਮੈਂ ਦੇ ਕੱਟਿਆ। ਦੁੱਧ 8 ਕਿਲੋ ਮੈਂ ਕੋਲ, ਅਈਏ ਕੱਟੇ ਦੀ ਮਿਲਦੀ? ਕੱਟੇ ਦੇ ਮਿਲਦੀ ਕੱਟੇ, ਇਹ ਰਸਤਾ ਕੱਟੇ ਦਾ ਨਹੀਂ ਕੱਟਾ ਦਾ। ਚਲੋ ਬਹਾਨੇ ਆ, ਕੱਟਾ ਵੀ ਲਿਆਓ ਨਾਲ ਯਾਰ। ਤੇ ਇਹ ਮਾਜ ਕਿੰਨਾ ਦੁੱਧ ਦਿੰਦੀ ਹੈ ਵੀ? ਇਹ 8 ਕਿਲੋ ਦੁੱਧ ਹੈ। 8 ਕਿਲੋ? ਹਾਂਜੀ ਪਹਿਲਾਂ ਛੋਟੀ ਜੇ, ਦੂਜੇ ਸੂਏ ਹੁਣ ਸੋਣਾ ਸੋਣਾ ਦੂਜੇ ਸੋਣਾ ਬਣੀ ਹੈ? ਨਹੀਂ ਇੱਕ ਡੰਗ ਦੀ ਵੀ ਨਹੀਂ ਬਣੀ, ਅਜੇ ਤੱਕ ਗੱਲ ਨਹੀਂ ਕਰੀ। ਸ਼ਾਬਾਸ਼ ਸ਼ਾਬਾਸ਼ ਜੀ, ਤੁਹਾਨੂੰ ਆਖੀ 10 ਦਿਨਾਂ ਦੀ ਵੀਡੀਓ ਦੇ ਵਿੱਚ ਨਹੀਂ ਬਣੀ ਬਿਲਕੁਲ। ਕਿੰਨੇ ਕੀ ਸੂਏ? 5 ਮਹੀਨਿਆਂ ਦੀ, 6, 7 ਦੀਆਂ ਕੱਟਾਂ ਚ ਮਗਰ ਇਹਦੇ ਨਾਲ ਬੱਚਾ ਆ ਰਿਹਾ ਕੱਟਾ ਵੀ ਇਹਦਾ। ਇਹ ਅੱਛਾ ਇਹਨੂੰ ਇਹਦੇ ਤੇ ਮਿਲ ਕੇ ਇਹਨੂੰ ਕੋਈ ਮੂੰਹ ਸੁਲਾਉਣਾ ਕਰਾਉਂਦੀ ਹੋ ਕਿ ਬੰਨ ਲੈਂਦੇ? ਨਹੀਂ ਅਸੀਂ ਤਾਂ ਇੰਜ ਬੀਆਂ ਹੀ ਬੰਨ ਲੈਂਦੇ ਜੇ ਮੈਂ ਪਸੰਦ ਹੈ ਮਾਈ ਪਸੰਦ। ਸੋਹਣੀ ਗੱਲ ਨਹੀਂ। ਅੱਛਾ ਦੁੱਧ ਕਿੰਨਾ ਸੂ? ਦੁੱਧ 8 ਕਿਲੋ ਹੈ ਸਾਹਿਬ। ਪੱਕਾ? ਪੱਕਾ 8 ਕਿਲੋ ਦੋਵਾਂ ਟਾਈਮਾਂ ਦਾ? ਹਾਂਜੀ। ਠੀਕ ਹੋ ਗਿਆ, ਮਾਈ ਦਾ ਮੂੰਹ ਵਹਾਈ ਯਾਰ ਇੱਕ ਵਾਰੀ ਭਰਾਵਾਂ ਨੂੰ ਮਾਈ ਵੇਖਣ ਕੇ ਵੇਖ ਕੇ ਕੋਈ ਬੰਦਾ ਆਖੇ ਤਾਂ ਸ਼ੌਕ ਵਾਲੀ ਹੈ, ਉਰਲੀ ਪਰਲੀ ਨਹੀਂ, ਸਿਰਫ ਹਾਂ ਮੈਂ ਦਾ ਮਾਈ ਦਾ ਸਿਰ ਵਹਾਓ ਉਹੀ ਮਾਈ ਛੋਟੀ ਸਾਡੀ ਕੋਈ ਗੱਲ ਨੀ, ਪਹਿਲੀ ਦੂਜੀ ਦਾ ਕੋਈ ਵੀਡੀਓ ਦੇ ਵਿੱਚ ਆ ਜਾਣੀ। ਚਲੋ ਜੀ ਵਹਾਓ ਗਾਂ। ਹਾਂਜੀ ਗਾਂ ਨੰਬਰ 1, ਮੱਝਾਂ 4 ਪੂਰੀਆਂ ਹੋ ਗਈਆਂ। ਹਾਂਜੀ ਮੱਝਾਂ 4 ਪੂਰੀਆਂ ਹੋ ਗਈਆਂ।
ਠੀਕ ਹੈ ਅੱਛਾ ਇਹ ਤੁਹਾਡਾ ਤੁਸੀਂ ਦੱਸੋ ਕਿ ਵੀਡੀਓ ਤੋਂ ਇਲਾਵਾ ਵੀ ਮਾਲ ਤੁਹਾਡੇ ਕੋਲ 24 ਘੰਟੇ ਜਿੰਨਾ ਜਿਵੇਂ ਦਾ ਕੋਈ ਹਿਸਾਬ ਹੋਵੇ ਮਗਰ ਵਛਾ ਜਾਏ 4-5 ਦਿਨ ਹੋਏ ਸਹੀ ਰੂ 4-5 ਦਿਨ ਹਾਂਜੀ ਅੱਛਾ ਤੇ ਪਿਓਰ ਜਰਸੀ ਦੀ ਜੇ ਪਿਓਰ ਜਰਸੀ ਹਾਂਜੀ ਕੀ ਡਿਮਾਂਡ ਹੈ ਡਿਮਾਂਡ ਹੈ ਜੀ ਸਰ 2,15,000 2,15,000 ਉਸੇ ਗਾਂ ਨੂੰ ਲਿਆਓ ਜੀ ਜਿਹਨੇ ਆਵਾਜ਼ ਖਾਦਾ ਜਾਂ ਉਹ ਲੈ ਆਓ ਬੱਚਾ ਕੀ ਕਰੋ ਉਹ ਲਿਆ ਜਾਓ ਇਹ ਕੱਲ ਦੀ ਸੁਈ ਹੈ ਅੱਛਾ ਪਹਿਲਾਂ ਨੇ ਦੂਜਣ ਇਹ ਵੀ ਦੂਜਣ ਦੇ ਦੂਜਣ ਹਾਂਜੀ ਠੀਕ ਹੈ ਸਿੰਘਾਂ ਦੀ ਦੂਜਣ ਲੱਗਦੀ ਹੈ ਇਹ ਦੂਜਣ ਹੈ ਸਭ ਲੋ ਵੀ ਬੜੀ ਮਾਰੀ ਸੁ ਲੋ ਕੱਲ ਸਰਗੀ ਵਾਲੇ ਸੁਈ ਦੇ ਸਹੀ ਹੈ ਹਾਂਜੀ ਬੱਚਾ ਕਿ ਵੱਛੀ ਬੱਚਾ ਮਗਰ ਬੱਚਾ ਮਗਰ ਬੱਚਾ ਹਾਂਜੀ ਕਿੰਨਾ ਕੁ ਬੋਲਾ ਚੋਇਆ ਜੀ ਬੋਲਾ ਇਹਦਾ ਵਧਾ ਹਿਸਾਬ ਹੈ 14 ਕਿਲੋ 14 ਕਿਲੋ ਬੱਚੇ ਨੂੰ ਰਜਾ ਬੱਚੇ ਨੂੰ ਰਜਾ ਕੇ ਹਾਂਜੀ ਤੇ ਕੀ ਮੰਗਦੇ ਹੋ ਇਹਦਾ 2 ਨੰਬਰ ਦਾ ਇਹ ਵੀ 2,15,000 ਦੇ ਹਿਸਾਬ ਦੇ ਦਿਆਂਗੇ ਤੁਹਾਡਾ ਨੂੰ ਫਰਮਾਇਸ਼ ਰੱਜ ਜਾ ਗਿਆ 2,15 ਹਾਂਜੀ ਫਰਮਾਇਸ਼ ਮੇਰਾ ਤੇ ਸਾਰੇ ਭਰਾ ਹੀ ਫਰਮਾਇਸ਼ ਨੇ ਨਾ 72,000 ਬੰਦਾ ਭਰਾ ਸਾਰੇ ਫਰਮਾਇਸ਼ ਨੇ ਦੇਣਾ ਤੁਸੀਂ ਆਪਣੀ ਗੁੰਜਾਇਸ਼ ਤੇ ਕੋਈ ਜਿਹੜੀ ਗੁੰਜਾਇਸ਼ ਪਹਿਲੀ ਵੀਡੀਓ ਵਿੱਚ ਜਿਵੇਂ ਕਿਸੇ ਹਿਆਣਾ ਮੰਗਿਆ ਹੋਵੇ ਦੇ ਦਿਆਂਗੇ ਇੱਕ ਹੋ ਗਈ ਦੂਜਾ ਭਰਾਵਾਂ ਨੂੰ ਮੈਂ ਕਹਿੰਦਾ ਕਿ ਆਪਣੀ ਉਹ ਵੀ ਤਸੱਲੀ ਕਰ ਲੈ ਜਿੰਨੀ ਮਰਜ਼ੀ ਤਸੱਲੀ ਕਰ ਲੋ ਜੀ ਗਾ ਨੰਬਰ 3 ਤੇਰੀ ਬੱਚੀ ਦਾ ਹਾਲ ਤੇਰੇ ਪੈਰ ਨੂੰ ਕੀ ਹੋਈ ਤੇਰਾ ਦਾ ਟੋਟ ਅਗਲੇ ਪੈਰ ਦੱਬਦੀ ਅਗਲਾ ਮਾੜਾ ਦੱਬਣ ਲੱਗ ਪਈ ਪਰ ਪਿਆ ਲਗੇ ਆਈ ਸਾਹਿਬ ਗਾੜੀ ਦਾ ਸੁਆ ਘਰ ਪੀਤਾ ਹੈ ਅਗੇ ਇਹ ਵੀ ਦੂਜਾ ਨੇ ਦੂਜੇ ਨੇ ਹਾਂਜੀ ਬੱਚਾ ਕੇ ਸੁਈ ਦਾ ਸਟੂਡੈਂਟ ਤੇ ਨਹੀਂ 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 ਬੱਚੀ ਆ ਲਿਆਓ ਬੱਚੀ ਲਿਆਓ ਬੱਚੀ ਦੁੱਧ ਕਿੰਨਾ ਕੁ ਦਿੰਦੀ ਦੁੱਧ ਢਾਈ ਸਾਹਿਬ ਦਾ ਹਾਲ ਦੀ ਘੜੀ 18 ਕਿਲੋ ਜੀ ਸਾਰਾ ਟੋਟਲ 18 ਕਿਲੋ ਹਾਂਜੀ ਇਸ ਟਾਈਮ ਹਾਲ ਦੀ ਘੜੀ ਹੈ ਸਦਵਾਂ ਦੇ ਨੇ ਸੁਈ ਨੇ ਇਹ ਪਹਿਲੇ ਸੁਏ ਹੀਰ ਕੋ 22-23 ਲੀਟਰ ਦੁੱਧ ਚੋਂਦੇ ਰਿਆ ਸਾਡੇ ਘਰ ਦੀਆਂ ਨੇ ਦੋ ਵਾਰਾ ਇੱਕ ਇਹ ਜੀ ਹੁਣ ਕਿੰਨਾ ਦੱਸਿਆ ਜੇ ਫਿਰ ਦੁਰਾ ਦੇ 18 ਕਿਲੋ ਦੁੱਧ 18 ਕਿਲੋ ਹਾਂਜੀ ਸਾਰਾ ਟੋਟਲ ਦੋਹਾਂ ਟਾਈਮਾਂ ਦਾ ਦੋਹਾਂ ਟਾਈਮਾਂ ਦਾ ਵੱਛੀ ਨੂੰ ਛੱਡ ਕੇ ਨਾ ਨਾ ਸਾਰਾ ਜਿੰਨਾ ਵੀ ਹੈ ਵੱਛੀ ਸਮੇਤ ਵੱਛੀ ਸਮੇਤ ਠੀਕ ਹੈ ਅੱਛਾ ਜੀ ਇਹਦਾ ਰੇਟ ਦੱਸੋ ਰੇਟ ਹੈ ਸਾਹਿਬ 2,30,000 ਵੇਖੋ ਜੀ ਗਾਂ ਵੀ ਪਹਿਲਣ ਤੇ ਇਹਦਾ ਮੁੱਲ ਜਿਹੜਾ ਮੈਂ ਭਾਈ ਨਵੀਦ ਕੋ ਪੁੱਛ ਲੈਣਾ ਨਸਲ ਕਿਹੜੀ ਜੀ ਇਹ ਹੈ ਸਾਹਿਬ ਜਰਸੀ ਦਾ ਤੇ ਸਾਹੀਵਾਲ ਦਾ ਕਰਾਸ ਜਿਆਦਾ ਸਰਦੀ ਜਰਸੀ ਸਾਹੀਵਾਲ ਸਾਹੀਵਾਲ ਥੋੜੀ ਜਿਹੀ ਭਾਈ ਜਾਨ ਮੈਂ ਇਹਦਾ ਰੇਟ ਪੁੱਛ ਕੇ ਰ ਦੂਜੀਆਂ ਦਾ ਇਹ ਨਸਲ ਪੁੱਛਣੀ ਹੈ ਇੱਕ ਦਾ ਪਹਿਲੀ ਦਾ ਚਾਹੀਦਾ ਇਹ ਵੀ ਜਰਸੀ ਹੈ ਉਹ ਵੀ ਜਰਸੀ ਦਾ ਸਾਹੀਵਾਲ ਦਾ ਕਰਾਸ ਹੈ ਉਹਦਾ ਪਰਨਾ ਜੀ ਇਹ ਪਿਓਰ ਜਰਸੀ ਹੈ ਇਹ ਵੀ ਜਰਸੀ ਦਾ ਸਾਹੀਵਾਲ ਦਾ ਜਿਆਦਾ ਜਰਸੀ ਹੈ ਤੇ ਸਾਹੀਵਾਲ ਉਹਦੀ ਕੀ ਹੈ ਜੀ ਮੂੰਹ ਚੌਕੀ ਹੋਣੀ ਪਾਟ ਮੂੰਹ ਚੌਕੀ ਚੌਕੀ ਪੱਕੀ ਚੌਕੀ ਚੌਕੀ ਆ ਦਰਾਮੀ ਯਾਰ ਹਾਂਜੀ ਕੈਮਰਾਮੈਨ ਬੱਚੀ ਭਾਈ ਸਾਹਿਬ ਬਹੁਤ ਨਸਲੀ ਹੈ ਤੇ ਹੱਥ ਖੜਾ ਕਰੀਦਾ ਯਾਰ ਵਿੱਚ ਜਟਾ ਹੱਥ ਖੜਾ 10-15 ਦਿਨ ਲੈਂਦੀ ਹੈ ਸੂਣ ਚਲੇ ਠੀਕ ਹੈ ਹਾਂਜੀ ਅੱਛਾ ਇਹਦਾ ਕੀ ਹਿਸਾਬ ਕਿਤਾਬ ਜੀ ਇਹ ਭਾਈ ਸਾਹਿਬ ਮਿਲ ਜੇਗੀ 1,90,000 ਦੀ 1,90 ਦੀ ਹਾਂਜੀ ਪੱਕੀ ਪੱਕੀ ਅੱਛਾ ਇਹ ਬੜੀ ਚੰਗੀ ਵਾਲੇ ਬੜੀ ਕੱਚੀ ਵਾਲੇ ਇਹ ਕਿੰਨੇ ਕੁ ਦਿਹਾੜੇ ਕੱਢੇ ਆਲੇ ਕੋ 10 ਦਿਨ ਲੱਗ ਜਾਣੇ ਹੋਏ ਸਰ ਦਿਹਾੜੇ 10 ਹਾਂਜੀ ਲਿਆਓ ਜੀ ਛੋਟਾ ਲਿਆਓ ਮੈਂ ਛੋਟਾ ਲਿਆ ਆ ਛੋਟੇ ਵਾਲਾ ਬੰਦਾ ਵੀ ਵਿੱਚ ਕਰੀ ਪੁੱਤਰ ਅੱਛਾ ਭਾਈ ਜਾਨ ਕੀ ਖੀਰਾ ਹੈ ਕਿ ਇਹ ਦੋਂਦਾ ਜਾਈ ਸਰ ਦੋਂਦਾ ਦੋਂਦਾ ਲਿਆ ਯਾਰ ਦੋਂਦਾ ਵਹਾ ਦੇ ਮਾਈ ਟੱਪਦਾ ਮੱਝਾ ਟੱਪਦਾ ਪਰ ਆਪ ਡੱਕਿਆ ਅੱਛਾ ਆ ਤੇਲ ਸੇਲ ਦਿੱਤਾ ਟੀਕੇ ਸੀ ਕਿ ਲੈਣ ਦੋਂਦਾ ਮੂਹ ਪਰ ਆ ਭਾਰਾਂ ਨੂੰ ਕਰਨ ਦੋਂਦਾ ਪੱਕਾ ਹਾਂਜੀ ਦੋਂਦਾ ਅੱਛਾ ਤੇ ਝੋਟਾ ਕਿਸ ਤਰ੍ਹਾਂ ਦਾ ਕੀ ਨਸਲ ਹੈ ਜੀ ਇਹ ਆਈ ਸਾਹਿਬ ਨਸਲਾਂ ਦਾ ਝੋਟਾ ਦੇ ਅੱਲਾ ਨੂੰ ਪਤਾ ਸੋਹਣਾ ਹੈ ਗੱਲ ਇਹ ਵਿਚਾਰੇ ਸੋਹਣੇ ਬੰਦੇ ਮੈਂ ਵੇਖਣਾ ਪਿਆ ਨਾ ਚੀਰ ਚੀਰ ਦਾ ਨਾਸ ਬੱਗੀ ਏ ਜਾਂ ਚਾਰ ਕੰਮ ਸਾਰੇ ਚੰਗੇ ਹੋ ਅਗਲੀਆਂ ਨਸਲਾਂ ਦਾ ਫਿਰ ਵੀ ਅੱਲਾ ਨੂੰ ਪਤਾ ਦੇ ਆਹ ਤੇ ਸੋਹਣਾ ਕਰਕੇ ਰੱਖੇ ਆ ਠੀਕ ਹੋ ਗਿਆ ਕੀ ਡਿਮਾਂਡ ਇਹਦੀ ਇਹਦੀ ਡਿਮਾਂਡ ਆਈ ਸਾਹਿਬ ਕੋਲ ਨਹੀਂ ਆਉਂਦੀ ਇਹ ਕਿਹਦੇ ਸ਼ੌਂਕ ਦੇ ਨਹੀਂ ਨਹੀਂ ਫੇਰ ਇਹ ਉਹ ਛੋਟਿਆ ਬੰਦਾ ਜਿਹਨੇ ਛੋਟਾ ਫੜਿਆ ਅਗਲਾ ਨਿੱਕੇ ਨੂੰ ਪੁੱਛ ਲੈਣੇ ਆ ਹਾਂ ਜੀ ਪਿੱਛੇ ਕਿੱਲਾ ਵੇਖੀ ਡਿੱਗੇ ਨਾ ਚੱਕਣਾ ਨਹੀਂ ਆਵਾਜ਼ ਉੱਚੀ ਕਰਕੇ ਜੋ ਕੋ ਮੰਗਣਾ ਹੈ ਨਾ 1,20,000 1,20,000 ਹਾਂਜੀ ਪੱਕਾ ਪੱਕਾ ਹੈ ਇੱਕ ਠੀਕ ਹੈ ਵੀਡੀਓ ਅੱਬੂ ਨੇ ਤੇਰੇ ਹਾਂਜੀ ਵੇਖਣਾ ਤੂੰ ਵੀ ਕਿ ਬਜ਼ੁਰਗ ਵੀ ਸਾਰੇ ਵੇਖਣਾ ਸਾਡਾ ਬਜ਼ੁਰਗ ਵੀ ਵੇਂਦਾ ਇਹ ਵੀ ਨਾਲ ਗੱਲ ਹੈ ਮੇਰੇ ਬਜ਼ੁਰਗ ਵੀ ਵੇਂਦੇ ਨੇ ਚਲੋ ਠੀਕ ਹੋ ਗਿਆ ਸਾਰੇ ਫੈਮਿਲੀ ਵੇਖਦੇ ਸਾਰੇ ਸਾਰੇ ਨਾਟਕ ਦਾ ਨੇ ਸਾਰੇ ਹੀ ਵੇਖਦੇ ਤੁਹਾਡੀ ਵੀਡੀਓ ਤਾਂ ਬੜੇ ਮੇਰੇ ਬਜ਼ੁਰਗ ਜ਼ਿਆਦਾ ਸ਼ੌਕ ਨਾਲ ਵੀਡੀਓ
ਕਿਸ ਲਿਹਾਜ਼ ਨਾਲ ਵੇਖਦੇ ਹੋ, ਨੰਬਰ ਦੇਣ ਦੀ ਵਜ੍ਹਾ ਦੀ ਜਾਂ ਗੱਲਾਂ ਸਾਡੀਆਂ? ਸ਼ੌਕ ਨਾਲ, ਮੈਨੂੰ ਸਿਰਫ ਅਖਲਾਕ ਚੰਗਾ ਲੱਗਦਾ। ਮੇਰੇ ਭਾਈ ਤਈਬ ਨਾਲ ਵੀ ਗੱਲ ਹੋਈ, ਮੈਂ ਵੀਡੀਓ ਬੜੇ ਲੋਕ ਬਣਾਉਂਦੇ ਨੇ, ਹਾਜੀ ਇਹਨਾਂ ਦੀਆਂ ਗੱਲਾਂ ਸਾਫ਼ ਸਾਫ਼ ਨੇ, ਚਾਰ ਮੁਕੰਮਲ ਸਮਾਨ ਸਿਰਫ ਮਈਆਂ ਦੇ ਬੱਚੇ ਮਰ ਗਏ ਨੇ, ਮੈਂ ਤਾਂ ਨੀ ਮਈ ਪਹੁੰਚੀ, ਡੱਬਾ ਮਾਰ ਕੇ ਜਿਹੜਾ ਦਿਲ ਕਰਦਾ। ਹਾਂਜੀ ਠੰਡ ਦੀ ਵਜ੍ਹਾ ਮੋਏ ਨੇ, ਆਪਣੀ ਤਸੱਲੀ ਕਰੇ, 18-18-19 ਨੂੰ ਸਿਰਫ ਮਿਲ ਕੇ ਦੁੱਧ ਦੇਣਾ। ਪਹਿਲੀ ਵੀਡੀਓ ਇਹਨਾਂ ਦੀ ਭਾਈ ਨਵੀਦ ਦੀ, ਜ਼ਿਲ੍ਹਾ ਤਹਿਸੀਲ ਕੁਜਰਾਲਾ, ਕਿਹੜਾ ਚੌਕ ਜੇ ਕਿਲਾ, ਚੰਦ ਦੇ ਕਿਲੇ ਦੀ ਸੈਂਸ ਆਖਣ ਦੀ ਜ਼ਰੂਰਤ ਹੀ ਕੋਈ ਤੁਹਾਡੇ ਸਾਹਮਣੇ। ਅੱਲਾ ਪਾਕ ਕਰੇ ਖੈਰ, ਇਨਸ਼ਾਅੱਲਾ ਨਸੀਬਾਂ ਦੀਆਂ। ਜਨਾਬ ਇਸੇ ਵੀਡੀਓ ਦੇ ਨਾਲ ਇਜਾਜ਼ਤ ਮੰਗਣਾ ਸਾਰਿਆਂ ਭਰਾਵਾਂ ਕੋਲੋਂ, ਤੇ ਜਨਾਬ ਸਾਰੇ ਭਰਾ, ਅੱਛਾ ਭਾਈ ਨਵੀਦ ਨਿੱਕਿਓ ਸਾਰੇ, ਮੈਨੂੰ ਤੁਹਾਡੇ ਨਾਵਾਂ ਦਾ ਨਹੀਂ ਪਤਾ, ਫੇਰਾ ਲੱਗਾ ਤੇ ਹੋ ਜਾਏਗਾ, ਪਹਿਲੀ ਦਸਤੀ ਮੈਂ ਵੇਖਿਓ ਜੇ 5 ਮਿੰਟਾਂ 'ਚ ਬੈਠਾ ਨਹੀਂ, ਜਿਹੜੇ ਚੱਕਰ ਲੱਗਾ ਫਿਰ ਤੁਹਾਡੇ ਨਾਲ ਤਾਰਫ ਵੀ ਹੋ ਜਾਏਗਾ। ਜਿਸ ਤਰ੍ਹਾਂ ਚੈਨਲ ਵੱਡਾ ਸਬਸਕ੍ਰਾਈਬ ਕੀਤਾ, ਇਸੇ ਤਰ੍ਹਾਂ ਨਿੱਕਾ ਵੀ ਕਰਨਾ, ਐਨੀ ਮਾਲ ਹੋ ਗਿਆ। ਗੌਰ ਅਲੀ ਨੂਰ ਠੀਕ ਹੈ, ਨੀਲੀ ਵੀ ਉਹਦਾ ਸਾਜਿਦ ਅੱਗੇ ਹੀ ਤੁਸੀਂ ਕੀਤੇ ਆ, ਠੀਕ ਹੋ ਗਿਆ। ਇਹ ਜਨਾਬ ਮੁਹੰਮਦ ਨੂਰ ਟੀਵੀ ਬਜ਼ੁਰਗ ਬੰਦਾ ਹੈ, ਉਹਦੇ ਤੇ ਵੀ ਜ਼ਰੂਰ ਇਸ ਇਹ ਸ਼ਫਕਤ ਕਰਨੀ ਹੈ ਕਹਿਣੇ ਤੇ। ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ, ਇਹ ਹੀ ਚੀਜ਼ਾਂ ਨੇ ਜਨਾਬ। ਅੱਲਾ ਪਾਕ ਤੁਹਾਨੂੰ ਸਿਹਤ ਦੇ, ਤੰਦਰੁਸਤੀ ਦੇ, ਅੱਗੇ ਉਹ ਮਨਜ਼ੂਰ ਵੀ ਆਇਆ ਹੈ ਆਪਣਾ ਕਿਹੜਾ ਜੇ ਉਹਦਾ ਚੈਨਲ, ਮੈਨੂੰ ਯਾਦ ਨਹੀਂ ਰਿਹਾ, ਆਪਣਾ ਮਨਜ਼ੂਰ ਆ ਮੰਦਾ ਆਪਣਾ ਇਤਮਾਦ ਟੀਵੀ ਵੇਖੋ, ਅਨਸ਼ੋਦਾ ਰੋਜ਼ ਆਖਦਾ ਉਸਤਾਦ ਜੀ ਇਤਮਾਦ ਟੀਵੀ, ਉਹਦਾ ਵੀ ਜਨਾਬ ਜ਼ਰੂਰ ਇਸੇ ਤਰ੍ਹਾਂ ਮੁਹੱਬਤ ਕਰਨੀ। ਔਰ ਬੜਾ ਬੰਦਾ ਮਿਹਨਤੀ, ਉਹ ਵੀ ਕੀ ਖਿਆਲ ਜੇ ਪੜ੍ਹਦਾ ਜੇ ਪਿਆ, ਨਾਲ ਆਪਣਾ ਪੜ੍ਹਾਈ ਵੀ ਕਰਦਾ ਪਿਆ ਤੇ ਇਹ ਵੀ ਕੰਮ ਕਰਦਾ ਪਿਆ, ਅੱਲਾਹ ਤਾਲਾ ਉਹਨੂੰ ਬਾਹਲਾ ਦੇ, ਇਸੇ ਤਰ੍ਹਾਂ ਹੀ ਕਰਦਾ ਰਹੇ, ਇੱਜ਼ਤ ਵੀ ਕਰਦੇ ਨੇ, ਅੱਲਾਹ ਪਾਕ ਤੰਦਰੁਸਤੀ ਦੇ ਨੇ। ਔਰ ਜਿਹੜਾ ਤੁਸੀਂ ਭਰਾ ਇੱਜ਼ਤ ਕਰਦੇ ਹੋ ਮੇਰੀ, ਮੈਂ ਜਨਾਬ ਸਾਰਿਆਂ ਭਰਾਵਾਂ ਨੂੰ ਵਿੱਚੇ ਤੁਹਾਨੂੰ ਵੀ ਦੂਜਾ ਹੱਥ ਖਾਲੀ ਨਹੀਂ ਸਲਾਮ ਕਰਨਾ ਜਨਾਬ, ਬਹੁਤ ਮਿਹਰਬਾਨੀ, ਸ਼ਫਕਤ ਮੁਹੱਬਤ ਜਿਹੜੀ ਕਰਦੇ ਹੋ, ਮੈਂ ਇਸ ਕਾਬਿਲ ਨਹੀਂ, ਤੁਸੀਂ ਬਣਾਇਆ, ਅੱਲਾ ਪਾਕ ਤੁਹਾਨੂੰ ਤੰਦਰੁਸਤੀ ਦੇ, ਤੁਹਾਡੀ ਇਹ ਸਫਾਈ ਹੈ ਜੀ, ਅੱਲਾ ਪਾਕ ਤੁਹਾਨੂੰ ਤੰਦਰੁਸਤੀ ਦੇ, ਮਾਨ ਦੀ ਤੇ ਆਪਣੇ ਮਾਨ ਦੀ ਜੀ, ਅੱਲਾ ਦੀ ਜ਼ਾਤ ਤੁਹਾਨੂੰ ਦੇ ਤੰਦਰੁਸਤੀ, ਤੇ ਤੁਸੀਂ ਜਨਾਬ ਇਸੇ ਤਰ੍ਹਾਂ ਹੱਸਦੇ ਰਹੋ, ਵਸਦੇ ਰਹੋ, ਸ਼ਾਦ ਰਹੋ, ਆਬਾਦ ਰਹੋ, ਜਿਸ ਤਰ੍ਹਾਂ ਦੂਜੇ ਭਰਾ ਵੇਚਦੇ ਨੇ ਇਸੇ ਤਰ੍ਹਾਂ ਤੁਸੀਂ ਵੀ ਯਾਰ ਵੇਚੋ, ਮੇਰਾ ਕੋਈ ਇਤਰਾਜ਼ ਨਹੀਂ, ਠੀਕ ਹੈ ਜੀ। ਅੱਲਾ ਪਾਕ ਖੁਸ਼ ਰੱਖੇ, ਲਓ ਜੀ ਨਾਰੇ ਦੀ ਆਵਾਜ਼ ਆਵੇ, ਅੱਲਾ ਪਾਕ ਖੈਰ ਕਰੇ, ਅਗਲੀ ਵੀਡੀਓ ਦੇ ਨਾਲ ਜ਼ਰੂਰ ਮੁਲਾਕਾਤ ਹੋਵੇ ਦੀ, ਰੱਬ ਰੱਖਾ, ਅੱਲਾ ਸੋਹਣੇ ਦੇ ਹਵਾਲੇ, ਪਾਕਿਸਤਾਨ ਜ਼ਿੰਦਾਬਾਦ।